उससे बढ़िया बात क्या होगी। सो इसीलिए मैंने एसोसिएट किया एंड मैजिंग सक्सेस हो गई एकादी वो मैंने पानी पिया और मेरे पिता ने मुझे कहा कि ये 1947 से भी भयानक हादसा है। और जब मैंने देखा ट्रेनों से आदमी उतर रहे हैं, पुलिस जहाँ पे ट्रेनिंग लेती है वो था, वो मैंने पकड़ के उसको जब मैंने पकड़ा, जब उसने मुझे छड़ा के मुझे ऐसे एक घुसा मारा, मैं वहाँ गिर गया और वो कार्ड जो था वो मेरे ना लोग कोई पकड़ेंगे। आज हम दर दर भटक रहे हैं, 28 साल से हम फरियाद अपने देश में ही भीख मांग रहे हैं, अपने देश में हम भीख मांग रहे हैं सरकार से, भाई हमें इंसाफ दो, इंसाफ दो। मनजीत सिंह बादल ली जत्थे दा मनजीत सिंह इनको बीच में लड़े देगा सुप्रीत ठीक है जी। हाँ जी साहब 28 साल बीत गए नहीं क्यों बीता नहीं हो 28 साल जिवें बीत गया मैनूं लगदा है अगे वी इसे तरह बीत जाने आ। इह हिंदुस्तान दी सरकार जां कानून ने मैं कहना जो मजाक इस सिख कौम दे नाल कीता है इस तों वड्डा मजाक होर कोई कीता नहीं जा सकदा। जे कोई मेरे दिल तों पुछे जां किसे सिख दे दर्द तों पुछे ना ते आपां बाकी सारियां गल्लां करदे आ। मेरे ख्याल दे मुताबक ये जिहड़ा कतलेआम कीता सज्जन कुमार जगदीश टाइटल ने ते उहदे साथियां ने ਇਹ ਦੋਵੇਂ ਕਾਤਲ ਇਹ ਆ ਕਸਾਬ ਔਰ ਅਫਜ਼ਲ ਗੁਰੂ ਤੋਂ ਵੱਡੇ ਕਾਤਲ ਹੈ ਸਾਡੇ ਵਾਸਤੇ। ਇਹ ਛੋਟੇ ਨਹੀਂ ਹੈ, ਦੇਸ਼ ਕਹਿ ਰਿਹਾ ਕਿ ਉਹ ਕਾਤਲ ਨੇ ਕਸਾਬ ਦੀ ਰੋਜ਼ ਗੱਲ ਕਰਦੇ ਆ। ਇਹਨਾਂ ਕੱਟ ਕੀਤੇ ਉੱਥੇ ਮਰੇ ਹੋਣਗੇ 50 ਬੰਦੇ, ਇੱਥੇ ਮਹੀਨਾ ਮਰਿਆ ਹਜ਼ਾਰਾਂ ਬੰਦਾ। ਦਿਨ ਦਿਹਾੜੇ ਸ਼ਰੇਆਮ ਜੀ ਦੇ ਸਾੜ ਅੱਗਾਂ ਵਿੱਚ ਸਾੜ ਦਿੱਤੇ, ਭੁੰਨ ਦਿੱਤੇ ਔਰ ਕੋਈ ਉਹਨਾਂ ਨੂੰ ਅੱਜ ਤੱਕ ਪੁੱਛਣ ਵਾਲਾ ਨਹੀਂ। ਮੈਂ ਕਹਿੰਦਾ ਇਹਨਾਂ ਦੇ ਬਾਰੇ ਕਿਉਂ ਨਹੀਂ ਸਰਕਾਰ ਬੋਲਦੀ, ਕਿਉਂ ਉਹਨਾਂ ਦੀ ਅੱਖਾਂ 'ਤੇ ਪੱਟੀ ਬੱਧੀ ਹੋਈ ਆ, ਕਿਉਂ ਨਹੀਂ 28 ਸਾਲ ਤੱਕ ਸਜ਼ਾ ਦਿੱਤੀ। ਜੇ ਉੱਥੇ ਗੁਜਰਾਤ ਵਿੱਚ ਸਜ਼ਾਵਾਂ ਸਾਰੀਆਂ ਦਿੱਤੀਆਂ ਗਈਆਂ, ਇੱਥੇ ਕਿਉਂ ਨਹੀਂ? ਇਹ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਆ, ਇਹਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੈਂ ਸਮਝਦਾ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਔਰ ਉਸ ਕੌਮ ਦੇ ਨਾਲ ਕੀਤਾ ਜਾ ਰਿਹਾ ਜਿਸ ਕੌਮ ਨੇ ਆਪਣਾ ਸਾਰਾ ਜੀਵਨ ਗੁਰੂਆਂ ਤੋਂ ਲੈ ਕੇ ਅੱਜ ਤੱਕ ਇਸ ਦੇਸ਼ ਦੀ ਖਾਤਰ ਕੁਰਬਾਨ ਕਰਤਾ। ਉਹ ਸਰਕਾਰ ਸਾਡੇ ਵਾਸਤੇ ਸੋਚੇ ਨਾ ਕਿ ਇੰਨੇ ਕਤਲ ਹੋ ਜਾਣ ਔਰ ਐਡੇ ਵੱਡੀ ਪੱਧਰ ਦੇ ਕਤਲ ਹੋ ਜਾਣ ਔਰ ਨਰਸਹਾਰ ਹੋ ਜਾਏ, ਦਿਨ ਦਿਹਾੜੇ ਹੋ ਜਾਏ ਹਜ਼ਾਰਾਂ ਦਾ ਕਤਲ, ਤੇ ਅੱਜ ਤੱਕ ਕਿਸੇ ਨੂੰ ਸਜ਼ਾ ਨਾ। ਇਹਦੀ ਕਾਰਵਾਈ ਆ, ਮੈਂ ਸਮਝਣਾ ਕਿ ਕਸਾਬ ਅਫਜ਼ਲ ਗੁਰੂ ਦੇ ਨਾਲ ਇਹਨਾਂ ਨੂੰ ਪਹਿਲਾਂ ਫਾਂਸੀ ਹੋਣੀ ਚਾਹੀਦੀ ਆ ਔਰ ਇਹ ਬੰਦੇ ਕਿਸੇ ਕੀਮਤ 'ਤੇ ਨਹੀਂ ਬਚਣੇ ਚਾਹੀਦੇ। ਜਦ ਤੱਕ ਇਹਨਾਂ ਦੋ ਬੰਦਿਆਂ ਨੂੰ ਫਾਂਸੀ ਨਹੀਂ ਹੁੰਦੀ ਉਹਨਾਂ ਦੇ ਨਾਲ, ਤਦ ਤੱਕ ਸਿੱਖ ਕੌਮ ਨੂੰ ਸ਼ਾਂਤੀ ਨਹੀਂ ਹੋ ਸਕਦੀ। ਅਸੀਂ ਲੜਾਈ ਲੜਾਂਗੇ, ਜਦ ਤੱਕ ਜੀਦੇ ਲੜਦੇ ਰਹਾਂਗੇ ਤਾਂ ਜ਼ਿੰਦਗੀ, ਜਦ ਤੱਕ ਇਨਸਾਫ ਨਹੀਂ ਮਿਲਦਾ। ਇਹ ਉਹਨਾਂ ਤੋਂ ਘੱਟ ਕਾਤਲ ਨਹੀਂ ਹੈ ਕਸਾਬ ਅਤੇ ਅਫਜ਼ਲ ਗੁਰੂ ਨਾਲੋਂ। ਸਾਡੀਆਂ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਕਿਸੇ ਦੇਸ਼ 'ਚ ਕੋਈ ਐਕਸੀਡੈਂਟ ਵੀ, ਕਿਸੇ ਨੂੰ ਛੋਟੀ ਜਿਹੀ ਚੋਟ ਵੀ ਆ ਜਾਏ ਅਤੇ ਦੋ ਪਾਰਟੀਆਂ ਸਮਝੌਤਾ ਵੀ ਕਰਨਾ ਚਾਹੁੰਦੀਆਂ ਅਤੇ ਉੱਥੋਂ ਦੀ ਪੁਲਿਸ ਕਹਿੰਦੀ ਹੈ ਜੀ ਸਮਝੌਤਾ ਨਹੀਂ ਹੋ ਸਕਦਾ, ਚੋਟ ਜ਼ਿਆਦਾ ਆਈ ਹੈ। ਅਤੇ ਇੱਥੇ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਗਏ, ਔਰਤਾਂ ਵਿਧਵਾ ਹੋਈਆਂ, ਬੱਚੇ ਯਤੀਮ ਹੋਏ, ਪਰ ਕਿਤੇ FIR ਵੀ ਨਹੀਂ ਲਾਂਚ ਕੀਤੀ, ਕਿਤੇ 100 ਨੰਬਰ ਦੀ ਗੱਡੀ ਵੀ ਨਹੀਂ ਆਈ। ਹੋਰ ਤੇ ਹੋਰ ਇੱਕ ਕਮਿਸ਼ਨ ਬੈਠਾ, ਦੂਜਾ ਬੈਠਾ, ਤੀਜਾ ਬੈਠਾ, ਚੌਥਾ ਬੈਠਾ, 10 ਕਮਿਸ਼ਨ ਬੈਠੇ, ਉਸ ਤੋਂ ਬਾਅਦ FIR ਲਾਜ ਹੋਈ। ਅਤੇ ਅੱਜ ਇੰਨੀ ਦੁਖਦਾਈ ਗੱਲ ਹੈ ਕਿ 28 ਸਾਲ ਤੋਂ ਬਾਅਦ ਵੀ
ਉਹ ਜਿਹੜੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਜਿਹੜੇ ਮੁੱਖ ਦੋਸ਼ੀ ਨੇ ਉਹ ਬਲੈਕ ਕਮਾਂਡੋ ਲੈ ਕੇ ਸਰਕਾਰ ਦੇ ਉੱਚੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਨੇ। ਜਿੱਥੇ ਦੂਜੇ ਦੇਸ਼ਾਂ ਵਿੱਚ ਸਿੱਖਾਂ ਦੀ ਇੱਜ਼ਤ ਦੇਖੀਏ ਅਤੇ ਜਦੋਂ ਵਰਲਡ ਟ੍ਰੇਡ ਸੈਂਟਰ 'ਤੇ ਹਮਲਾ ਹੋਇਆ ਉੱਥੇ ਇੱਕ ਸਿੱਖ ਮਾਰਿਆ ਗਿਆ ਫੀਨਿਕਸ ਅਰੀਜ਼ੋਨਾ ਸਟੇਟ 'ਚ ਡਿਊ ਟੂ ਸਿਮਲਰ ਆਈਡੈਂਟੀ ਬਲਬੀਰ ਸਿੰਘ ਸੋਢੀ। ਉੱਥੋਂ ਦੇ ਲੋਕਾਂ ਨੇ ਜਾਰਜ ਬੁਸ਼ ਨੂੰ ਅਪਰੋਚ ਕੀਤਾ ਅਤੇ ਮੈਂ ਵੀ ਉਦੋਂ ਅਮੈਰੀਕਾ 'ਚ ਸਾਂ ਅਤੇ ਐਂਟੀ ਹੈਟਡ ਕਾਨੂੰਨ ਬਣ ਕੇ ਜਿਹੜੇ ਗੋਰੇ ਨੇ ਬਲਬੀਰ ਸਿੰਘ ਸੋਢੀ ਨੂੰ ਮਾਰਿਆ ਉਹਨੂੰ ਚੁੱਕ ਕੇ ਜੇਲ੍ਹ 'ਚ ਬੰਦ ਕਰਤਾ। ਅਜੇ ਤੱਕ ਉਹ ਗੋਰਾ ਜੇਲ੍ਹ 'ਚ ਬੰਦ ਹੈ। ਜੇ ਪਿਛਲੇ ਦਿਨਾਂ ਵਿੱਚ ਗੁਰਦੁਆਰੇ ਦੇ ਕਿਸੇ ਸਿਰ ਫੇਰੇ ਗੋਰੇ ਨੇ ਗੋਲੀ ਚਲਾਈ ਉੱਥੇ ਸਾਡੇ ਕੁਝ ਸਿੰਘ ਸ਼ਹੀਦ ਹੋ ਗਏ ਅਤੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਅੱਧਾ ਝੰਡਾ ਨੀਵਾਂ ਕਰਕੇ ਸੋਗ ਪ੍ਰਗਟ ਕੀਤਾ। ਪਰ ਇੱਥੋਂ ਦੀ ਗੁੰਗੀ ਬਹਿਰੀ ਬੋਲੀ ਸਰਕਾਰ ਜਿਹਨੂੰ ਇਹ ਨਹੀਂ ਪਤਾ ਕਿ ਜਿਹੜੀ ਮਾਈਨੋਰਟੀ ਨੂੰ ਇਹਨਾਂ ਨੇ ਕ੍ਰਸ਼ ਕੀਤਾ, ਜਿਨ੍ਹਾਂ 'ਤੇ ਇਹਨਾਂ ਨੇ 84 ਦਾ ਨਰਸੰਹਾਰ ਕੀਤਾ, ਉਹਨਾਂ ਨੇ ਮੁਲਕ ਦੀ ਆਜ਼ਾਦੀ ਲਈ ਜਿੰਨੀਆਂ ਕੁਰਬਾਨੀਆਂ ਕੀਤੀਆਂ ਇੰਨੀਆਂ ਕਿਸੇ ਦੂਜੇ ਨੇ ਨਹੀਂ ਕੀਤੀਆਂ ਹੋਣੀਆਂ। ਅੱਜ ਸਾਡੀ ਜ਼ੋਰਦਾਰ ਮੰਗ ਹੈ ਕਿ ਉਹ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ, ਮੈਂ ਅੱਜ ਦੇ ਦਿਨ ਬਾਕੀ ਗੱਲਾਂ ਨਹੀਂ ਕਰਨਾ ਚਾਹੁੰਦਾ ਕਿ ਟਾਈਟਲਰ ਹੋਰ ਵੀ ਕਿਹੜੇ ਕਿਹੜੇ ਕੰਮਾਂ 'ਚ ਫਸਿਆ, ਉਹਦੀ ਫਾਂਸੀ, ਸੱਜਣ ਕੁਮਾਰ ਦੀ ਫਾਂਸੀ ਯਕੀਨਨ ਹੈ। ਜਿਸ ਤਰ੍ਹਾਂ ਹਿੱਤ ਸਾਹਿਬ ਨੇ ਕਿਹਾ ਕਿ ਕਸਾਬ ਅਤੇ ਦੂਜੇ ਜਿਹੜੇ ਦੇਸ਼ ਧਰੋਹੀ ਨੇ ਉਹ ਅਤੇ ਸਾਨੂੰ, ਅਸੀਂ ਤਾਂ ਸਾਰੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਕੱਲ੍ਹ 1 ਤਰੀਕ ਹੈ, ਸਾਰੀ ਕੌਮ ਗੁਰਦੁਆਰਿਆਂ 'ਚ ਅਰਦਾਸ ਕਰੇ ਕਿ ਕੌਮ ਦੇ ਉਹਨਾਂ ਸ਼ਹੀਦਾਂ ਨੂੰ ਸ਼ਾਂਤੀ ਮਿਲੇ, ਕੌਮ ਨੂੰ ਸ਼ਾਂਤੀ ਮਿਲੇ ਅਤੇ ਉਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤਾਂ ਜੋ ਕੌਮ ਮਨ ਨਾਲ ਸ਼ਾਂਤ ਹੋ ਸਕੇ। ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਬਹੁਤ ਸਹੀ ਸਾਬਿਤ ਕਰ ਰਹੀ ਹੈ ਕਿ ਜਸਟਿਸ ਡਿਨਾਈਡ ਔਰ ਜਸਟਿਸ ਡਿਲੇਡ, ਇਹ ਗੱਲ ਗਵਰਨਮੈਂਟ ਬਹੁਤ ਅੱਛੀ ਤਰ੍ਹਾਂ ਪ੍ਰੂਵ ਕਰ ਰਹੀ ਕਿ ਜਿੰਨਾ ਜਸਟਿਸ ਡਿਲੇ ਹੁੰਦਾ ਰਹੇਗਾ ਉਨਾ ਜਸਟਿਸ ਡਿਨਾਈ ਹੋਏਗਾ, ਔਰ ਅਸੀਂ ਤਾਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ। ਇਹ ਮੇਰੀ ਜਾਂ ਤੁਹਾਡੀ ਜਾਂ ਕਿਸੇ ਦੀ ਨਹੀਂ, ਅਸੀਂ ਸਾਰੇ ਸਿੱਖਾਂ ਦੀ ਲੜਾਈ ਹੈਗੀ ਹੈ।